अस्सलाम वालेकुम जी, ताड़ा होस्ट ताड़ा भाई फनी बाबा सियालकोटी दोबारा ताड़ी खिदमत च हाजिर है। अज साडे कोल वसीम लंबड़दार साहब कपूरवाल दी शान साडे कोल आए दे ने, ते अज इन्हां कोल असी इंटरव्यू लैण लगे। इन्हां बड़े मुलक फिरे दे ने ते पुछण लगे कि जनाब तुसीं कप्तान बार्डर ते गए दे, की मामला ताड़े नाल होए दे ने, तुसीं ईरान गए दे हो, अज़रबाईजान भी गए दे आ। छोटी जी वीडियो होएगी, तुसीं वीडियो नूं लाजमी देखो ते लोकां तक शेयर भी करो कि की मामला दुबार होंदे ने। जी वसीम भाई जी, जनाब दसो, जनाब तुसी गए दे हो बाहर ते की मामला रहे ने, किस तरह इत्थों गए दे हो? ते जनाब इत्थों तुहां सियालकोट नूं लारी अड्डे बहना वे ते मुल्तान जाना है। अच्छा, मुल्तान दी बस लभदी है ठीक है, या कोयटे सीधे चले जाओ? अच्छा, कोयटे जनाब अगू जा के ते एक रात स्टे करो, उस तो बाद फिर तुहानूं सुबह 9 बजे भी जाती है बस, ते 11 बजे भी जाती है, दो टाइम जाते हैं तफ्तान बार्डर ते। हाँ, तफ्तान बार्डर ते जाके फिर उठे रात नूं पहुँचती है, सुबह 9 बजे तरह सुबह 9 या 11 बजे जड़ी जाती है, एक रात उत्थे स्टे करो। सुबह पहले टाइम उत्थे ना तफ्तानों तुहां निकलना है, उत्थे अपनी करंसी चेंज कर लो, खाना छाना अपना तफ्तान तो रज के जाओ, क्योंकि ईरान दे विच तुहानूं सिर्फ रोटियां ही लभनियां ने, सालन सूलन नहीं लभना है, सालन नहीं लभना है बस, जां तुहानूं फिर लस्सी लुस्सी जिहड़ी इहनां लभेगी उह पता नहीं साल पुरानी पई हुंदी है उहनां दी, उह इंजदे ही ने ईरानी लोक। अच्छा, खाण पीण दे भैड़े ने वैसे, अच्छे ने इलाकन, अच्छे ने खाण इलाकन, अच्छे ने, बाकी ना उहनां च हसण वाली आदत है ते ना उहनां च फालतू गल्लां करन वाली आदत जिहड़ी साडे विच है। जिहड़े बंदे नाल भी तुसां बह के सफ़र करना है, तुसां ही उहनूं कोई गल सुणानी है, तुहानूं तुहाडे नाल गल करनी, वरना इंज ही हुंदा जिवें उहदी फौतकी होई हुई है, ते ਤੁਹਾਨੂੰ ਇੱਥੋਂ ਫਿਰ ਉਹ ਗੱਡੀ ਜ਼ਾਇਦਾਨ ਖੜੇਗੀ, ਤਫਤਾਨ ਬਾਰਡਰ ਤੋਂ ਜ਼ਾਇਦਾਨ ਜਾਣਾ ਹੈ, ਜ਼ਾਇਦਾਨ ਤੋਂ ਅੱਗੇ ਤੁਸੀਂ ਬੱਸ 'ਤੇ ਬਹਿਣਾ ਤਹਿਰਾਨ ਜਾਣ ਵਾਸਤੇ, ਬੱਸ 'ਤੇ ਬਹਿ ਜਾਓ। ਅੱਛਾ, ਨਹੀਂ ਤਾਂ ਫਿਰ ਦੁਪਹਿਰ 1 ਵਜੇ ਟ੍ਰੇਨ ਜਾਂਦੀ ਹੈ ਜ਼ਾਇਦਾਨੋਂ ਤਹਿਰਾਨ। ਅੱਛਾ, ਟ੍ਰੇਨ ਦਾ ਸਫ਼ਰ ਸਭ ਤੋਂ ਅੱਛਾ ਹੁੰਦਾ ਹੈ, ਕਿਉਂਕਿ ਤੁਹਾਡੇ ਕੋਲ ਅਗਰ ਟਰੇਡ ਵੀਜ਼ਾ ਹੈ ਤਾਂ ਫਿਰ ਤੁਸੀਂ ਉੱਥੇ ਜਾਓ, ਅਤੇ ਜੇ ਤੁਹਾਡੇ ਕੋਲ ਜ਼ਿਆਰਤੀ ਵੀਜ਼ਾ ਤਾਂ ਫਿਰ ਉੱਥੋਂ ਤੁਸੀਂ ਬੱਸਾਂ ਦੇ ਧਿੱਕੇ ਧੁੱਕੇ ਖਾਣੇ ਨੇ, ਬੱਸਾਂ 'ਤੇ ਹੀ। ਹਾਂ, ਧਿੱਕਾ ਧੁੱਕ ਉੱਥੇ ਬੜੀ ਜ਼ਲਾਲਤ ਹੈ, ਅਤੇ ਜਿਹੜਾ ਜ਼ਿਆਰਤੀ ਵੀਜ਼ਾ ਹੁੰਦਾ ਉਹਨੂੰ ਤਾਂ ਪਹਿਲੇ ਨੰਬਰ 'ਤੇ ਡੱਕ ਛੱਡਦੇ ਨੇ ਤਫਤਾਨ ਬਾਰਡਰ 'ਤੇ ਹੀ, ਆਉਂਦੇ ਆ ਕਾਫਲਾ ਇਕੱਠਾ ਪੂਰਾ 10-15 ਬੰਦਿਆਂ ਦਾ ਹੋਏਗਾ ਤਾਂ ਫਿਰ ਜਾਣਾ। ਅੱਛਾ, ਅਤੇ ਜਿਹਦੇ ਕੋਲ ਟਰੇਡ ਵੀਜ਼ਾ ਹੁੰਦਾ ਉਹਨੂੰ ਫੁੱਲ ਛੋਟ ਹੁੰਦੀ ਹੈ, ਜਿਸ ਤਰ੍ਹਾਂ ਤੁਸੀਂ ਦੁਬਈ ਜਾਂਦੇ ਹੋ ਵਿਜ਼ਿਟ ਵੀਜ਼ੇ 'ਤੇ, ਜਿੱਥੇ ਮਰਜ਼ੀ ਫਿਰੋ, 7 ਸਟੇਟਾਂ 'ਚ ਫਿਰੋ, ਕੋਈ ਤੁਹਾਨੂੰ ਢੱਕਣ ਵਾਲਾ ਨਹੀਂ, ਇਹ ਹਿਸਾਬ ਹੈ ਟਰੇਡ ਵੀਜ਼ੇ ਦਾ। ਉੱਥੇ ਦੀ ਕਰੰਸੀ ਦੀ ਕੀ ਸੂਰਤ ਹੈ ਪਾਕਿਸਤਾਨ ਕਰੰਸੀ? ਕਰੰਸੀ ਜਿਹੜੀ ਹੈ ਨਾ ਉਹ ਤਕਰੀਬਨ ਪਾਕਿਸਤਾਨ ਨਾਲੋਂ 100 ਕੁ ਗੁਣਾ ਪਿੱਛੇ ਹੀ ਹੈ, ਉਹ ਐਵੇਂ ਕਿ ਤੁਸੀਂ 1,000 ਦਾ ਨਾ ਉਹ ਤੁਹਾਨੂੰ ਕੁਝ 8-10 ਲੱਖ ਰੁਪਈਆ ਮਿਲ ਜਾਏਗਾ, 1,000 ਪਾਕਿਸਤਾਨੀ ਦੇਵਾਂਗੇ ਤਾਂ 8-10 ਲੱਖ ਰੁਪਈਆ ਮਿਲ ਜਾਏਗਾ, ਉਹ ਤੁਹਾਨੂੰ ਬੜਾ ਫਾਇਦਾ ਹੁੰਦਾ ਵੇ ਕਰੰਸੀ, ਕਿਉਂਕਿ ਤੁਹਾਨੂੰ ਗਿਣਤੀ 'ਚ ਵੀ ਨਹੀਂ ਸਮਝ ਆਉਂਦੀ ਕੀ ਹਿਸਾਬ ਹੈ। ਅੱਛਾ ਜੀ, ਉਹਨਾਂ ਦਾ 1,000 ਦਾ ਨੋਟ 1,000 ਦੀ ਟਾਫੀ ਨਹੀਂ ਦਿੰਦੇ, ਅਤੇ ਜਿਹੜਾ 1,00,000 ਦਾ ਨੋਟ ਉਹਦਾ ਤੁਹਾਨੂੰ ਆਂਡਾ ਮਿਲੇਗਾ, ਅਤੇ 5,00,000 ਦਾ ਹੋਏਗਾ ਤਾਂ ਤੁਸੀਂ ਦੋ ਬੰਦੇ ਰੋਟੀ ਨਹੀਂ 5,00,000 ਨਾਲ ਵੈਸੇ ਖਾ ਸਕਦੇ, ਕੋਈ 6-7 ਲੱਖ ਤੁਹਾਡੀ ਜੇਬ 'ਚ ਹੋਣਾ ਲਾਜ਼ਮੀ ਹੈ, ਰੋਟੀ ਇੱਕ ਟਾਈਮ ਦੀ ਖਾਣ ਲਈ, ਅਤੇ ਬਾਕੀ ਇਹ ਡਿਜੀਟਲ ਕਰੰਸੀ ਉਹਨਾਂ ਦੀ ਜ਼ਿਆਦਾ ਵੇ, ਕੋਈ ਮੰਗਣ ਵਾਲਾ ਤਾਂ ਉਹਨੇ ਵੀ ਕੋਈ ਜੇਬ 'ਚ ਡਿਵਾਈਸਾਂ 2 ਧੁਨੀਆਂ ਨੇ, ਅਤੇ ਕਿਤੇ ਕੋਈ ਪੈਸੇ ਨਹੀਂ ਹੁੰਦੇ, ਚਲੋ ਕਾਰਡ ਮਾਰਦੇ 2-3 ਦੇ ਦੇਵੇ, ਜਿਵੇਂ ਕਿ ਪਾਕਿਸਤਾਨ 'ਚ ਮੰਗਣ ਵਾਲੇ ਆਉਂਦੇ ਨਾ ਅਸੀਂ ਉਹਨੂੰ 10 ਰੁਪਏ ਦੇ ਦਿੰਦੇ ਹਾਂ, ਅਤੇ ਉੱਥੇ ਡਿਜੀਟਲ ਕਾਰਡ ਚੱਲਦਾ ਨਾ, ਜਿਹੜਾ ATM ਕਾਰਡ ਉਹ ਚੱਲਣਾ, ਉਹਨਾਂ 'ਚ ਡਿਵਾਈਸ ਦੇਣੀ ਤਾਂ ਨਾ ਤੁਸੀਂ 5 ਰੁਪਏ ਜਾਂ 10 ਰੁਪਏ, ਇੱਥੇ ਰੇਹੜੀਆਂ ਵਾਲੇ ਨੂੰ ਤੁਸੀਂ ਚੀਜ਼ ਲੈਂਦੇ ਅਤੇ ਪੈਸੇ ਦੇ ਛੱਡਦੇ ਉਹਨਾਂ, ਅਤੇ ਉੱਥੇ ਕਾਰਡ ਹੀ ਚੱਲਦਾ, ਉਹ ਵੀ ਮੰਗਣ ਵਾਲਿਆਂ ਕੋਲ ਵੀ ਕਾਰਡ, ਤੰਦੂਰ ਵਾਲਿਆਂ ਕੋਲ ਵੀ ਕਾਰਡ, ਅਤੇ ਖਾਸ ਗੱਲ ਯਾਦ ਰੱਖਿਓ ਕਿ ਜੁੰਮੇ ਵਾਲੇ ਦਿਨ ਜਿਹੜੇ ਆ ਨਾ ਰੋਟੀ ਲੱਭਦੀ ਅਤੇ ਨਾ ਸਾਲਣ ਲੱਭਦਾ, ਉਹ ਤੁਸੀਂ ਕੋਈ ਆਲੂ ਕੰਡੀ ਖਾ ਕੇ ਗੁਜ਼ਾਰਾ ਕਰਨਾ ਘਰ ਪਕਾ ਕੇ, ਜੁੰਮੇ ਵਾਲੇ ਦਿਨ ਬਾਜ਼ਾਰ ਸਾਰੇ ਬੰਦ, ਜੁੰਮੇ ਵਾਲੇ ਦਿਨ ਬਾਜ਼ਾਰ ਖੁੱਲ੍ਹੇ ਨੇ, ਰੋਟੀ ਵਾਲਾ ਤੰਦੂਰ ਜਿਹੜਾ ਨਾ ਉਹ ਬੰਦ, ਅਤੇ ਘਰਾਂ 'ਚ ਰੋਟੀ ਨਹੀਂ ਪੱਕਦੀ, ਸਿਰਫ ਤੰਦੂਰ ਤੋਂ ਹੀ ਮਿਲਣੀ ਹੈ, ਘਰਾਂ 'ਚ ਰੋਟੀ ਵੀ ਨਹੀਂ ਪੱਕਦੀ, ਨਹੀਂ ਸਾਲਣ ਘਰ ਪੱਕਣਾ, ਰੋਟੀ ਬਾਜ਼ਾਰੋਂ ਲੈਣੀ ਹੈ। ਇਹ ਸੁਣ ਲਓ ਜਿਹੜੇ ਰਾਨ ਜਾਣਾ ਚਾਹੁੰਦੇ ਨੇ ਉਹ ਪਹਿਲਾਂ ਚੀਜ਼ਾਂ ਸੁਣ ਲੈਣ, ਕਿ ਜੁੰਮੇ ਵਾਲੇ ਦਿਨ ਤੁਸੀਂ ਭੁੱਖਿਆ ਮਰਨਾ ਉੱਥੇ, ਉੱਥੋਂ ਕੱਖ ਕੋਈ ਚੀਜ਼ ਨਹੀਂ ਲੱਭਣੀ ਹੈ, ਅਤੇ ਹੋਰ ਬਾਕੀ ਬੇਕਰੀ ਦਾ ਜਿਹੜਾ ਸਮਾਨ ਹੈ ਨਾ ਉਹਨਾਂ ਦੀ, ਜਿਹੜਾ ਸਵੀਟ ਜਿਹੜੀ ਹੈ ਉਹ ਬੇਕਰੀ ਹੈ, ਬਿਸਕੁਟ ਜਨਾਬ ਕੇਕ ਉਹ ਸਾਰੇ ਬਿਸਕੁਟ ਇੱਥੇ ਤੁਹਾਡੇ ਜਿਹੜਾ ਹੁੰਦੇ ਨੇ ਕੜਕ, ਅਤੇ ਉਹਨਾਂ ਦੇ ਸਾਰੇ ਸਾਫਟ ਨਰਮ ਜਿਹੇ ਹੁੰਦੇ ਨੇ ਬਸ, ਸਵੀਟ ਉਹਨਾਂ ਦੀ ਇਹੋ ਹੀ ਹੈ, ਉਹ ਬੜੀ ਸਸਤੀ ਹੈ, ਫਲ ਵੀ ਬੜਾ ਸਸਤਾ ਵੇ, ਔਰ ਡਰਾਈ ਫਰੂਟ ਜਿਹੜਾ ਵੀ ਸਹੀ ਸਸਤਾ ਵੇ, ਯਾਨੀ ਕਿ ਬੰਦਾ ਉਹ ਮਹੀਨਾ ਰਹੇ ਨਾ ਈਰਾਨ ਤਹਿਰਾਨ ਸ਼ਹਿਰ 'ਚ, ਕੋਈ 1,00,000 ਰੁਪਇਆ ਖੜ੍ਹਾ ਹੈ ਤਾਂ ਚੰਗਾ
ਸਿਹਤਮੰਦ ਹੋ ਕੇ ਆ ਜਾਂਦਾ ਵੇ ਅਤੇ ਹੈ ਜਾ ਸਸਤਾ ਵੇ ਲੇਕਿਨ ਸਾਲਣ ਵਾਲਾ ਨਿਜ਼ਾਮ ਉੱਥੇ ਕੋਈ ਨਹੀਂ ਹੈ ਭੁੱਖੇ ਮਰਨਾ ਜੇ ਸਾਲਣ ਵਾਲਾ ਭੁੱਖਿਆ ਮਰਨਾ ਤਾਂ ਦੂਸਰਾ ਲੰਬੜ ਜੀ ਸੁਣਿਆ ਕਿ ਉਹਦੇ ਸਲਵਾਰ ਕਮੀਜ਼ ਤੁਸੀਂ ਪਾਉਂਦੇ ਹੋ ਸਲਵਾਰ ਕਮੀਜ਼ ਆਏ ਨੂੰ ਬੜਾ ਬੁਰੀ ਨਜ਼ਰ ਨਾ ਵਹਿੰਦੇ ਨੇ ਅੱਛਾ ਜੀ ਹਾਂ ਉਹਨਾਂ ਦਾ ਜਿਹੜਾ ਜ਼ਿਹਨ ਹੈ ਨਾ ਬਹੁਤ ਘੱਟ ਜਾਵੇ ਕਿਉਂਕਿ ਅਸੀਂ ਇੱਥੇ ਖਾਂਦੇ ਹਾਂ ਮਿੱਠੇ ਕਿੰਨੂ ਫਿਰ ਮਸੰਮੀ ਉਹਨਾਂ ਨੇ ਖੱਟੇ ਝੂਸਣੇ ਹੁੰਦੇ ਨੇ ਤਾਂ ਤੁਸੀਂ ਅੱਗੋਂ ਆਪ ਹੀ ਸਮਝਦਾਰ ਹੋ ਖੱਟੇ ਜਿਹੜੇ ਝੂਸਦੇ ਨੇ ਉਹਨਾਂ ਨੂੰ ਕਾਹਦੀ ਆਦਤ ਹੁੰਦੀ ਹੈ ਓਏ ਹੋਏ ਅਲਾਮਾ ਫਿਦੇ ਜੀ ਜੇ ਉੱਥੇ ਜਾਣਾ ਵੇ ਅਤੇ ਉੱਥੇ ਸਲਵਾਰ ਕਮੀਜ਼ ਨਹੀਂ ਪਾਣੀ ਪੈਂਟ ਪਾਣੀ ਜੇ ਪੈਂਟ ਅਤੇ ਸ਼ਰਟ ਹੀ ਪਾਣੀ ਹਾਂ ਉੱਥੇ ਜਨਾਬ ਮੇਰੀ ਬਨੈਣ ਹੀ ਪਾ ਲਓ ਖਾਲੀ ਖਾਲੀ ਬਨੈਣ ਪਾ ਲਓ ਫਿਰ ਲਓ ਅਤੇ ਬੀਬੀਆਂ ਬੰਦੇ ਇੰਝ ਫਿਰਦੇ ਨੇ ਜਿਵੇਂ ਮੰਗਣ ਵਾਲੇ ਫਿਰਨ ਡੇ ਜਿਹੜੇ ਕਿਉਂਕਿ ਉੱਥੇ ਇਸ ਚੀਜ਼ ਦੀ ਕੋਈ ਬੰਦਿਸ਼ ਨਹੀਂ ਹੈ ਇੱਥੇ ਸਾਡੇ ਘਰਾਂ ਦੇ ਵਿੱਚੋਂ ਅਸੀਂ ਬੰਦੇ ਹੀ ਬਸ ਬਾਹਰ ਨਿਕਲ ਸਕਦੇ ਹਾਂ ਅਤੇ ਬੀਬੀਆਂ ਨਹੀਂ ਨਿਕਲ ਇੱਥੇ ਪਾਕਿਸਤਾਨ ਨੂੰ ਹੀ ਇੱਕ ਅੱਛਾ ਨਜ਼ਰੀਏ ਨਾਲ ਅਗਰ ਤੁਹਾਨੂੰ ਜੁੰਮੇ ਦਿਨ ਜੁੰਮਾ ਪੜ੍ਹਨਾ ਪੈਣਾ ਤਾਂ ਉਹ ਵੀ ਅੰਬੈਸੀ ਜਾ ਕੇ ਪੜ੍ਹਨਾ ਸੁਨੀਆਂ ਨੂੰ ਮਸਜਿਦ ਬਣਾਉਣ ਦੀ ਵੀ ਉੱਥੇ ਇਜਾਜ਼ਤ ਨਹੀਂ ਹੈ ਅਤੇ ਜੁੰਮਾ ਨਮਾਜ਼ ਵੀ ਨਹੀਂ ਤੁਸੀਂ ਪਰ ਇਸਲਾਮੀ ਮੁਲਕ ਹੈ ਸਾਰਾ ਸਾਡੇ ਤਾਂ ਪਾਕਿਸਤਾਨ ਦੇ ਇੱਕ ਹਰਾ ਦੇ ਸਫੇਦ ਰੰਗ ਦਾ ਝੰਡੇ ਦਾ ਨਿਸ਼ਾਨ ਹੈ ਉਹਨਾਂ ਦੇ ਝੰਡੇ 'ਤੇ ਅੱਲਾਹ ਅਕਬਰ ਲਿਖਿਆ ਹੈ ਲੇਕਿਨ ਐਡੇ ਉਹ ਵੱਡੇ ਮੁਸਲਮਾਨ ਨੇ ਕਿ ਉਹਨਾਂ ਨੇ ਜਨਾਬ ਨਮਾਜ਼ ਤਾਂ ਦੂਰ ਦੀ ਗੱਲ ਹੈ ਆਸਾਨ ਨਹੀਂ ਦੇਣੀ ਹੈ ਤੁਸੀਂ ਤਹਿਰਾਨ ਸ਼ਹਿਰ 'ਚ ਰਹਿੰਦੇ ਹੋ ਕੈਪੀਟਲ ਸਿਟੀ ਉਹਨਾਂ ਦਾ ਦਾਰੁਲ ਖਿਲਾਫਾ ਉੱਥੇ ਆਸਾਨ ਵੀ ਨਹੀਂ ਹੁੰਦੀ ਹੈ ਰੋਜ਼ਿਆਂ ਦੇ ਵਿੱਚ ਸਰੇਆਮ ਖਾਣ ਪੀਣ ਚੱਲਦਾ ਕੋਈ ਬੰਦਿਸ਼ ਨਹੀਂ ਇਹ ਹਿਸਾਬ ਲਾ ਲਓ ਕਿ ਯੂਰਪ ਨੂੰ ਗਲਤ ਰਾਹ ਲਾਉਣ ਵਾਲਾ ਇਹ ਰਾਣੀ ਮੁਲਕ ਹੈ ਰਾਣੀ ਮੁਲਕ ਹੈ ਹਾਂ ਉੱਥੇ ਇਹ ਵੀ ਚੀਜ਼ ਸੁਣੀ ਦੀ ਹੈ ਕਿ ਤੁਸੀਂ ਘੰਟਿਆਂ ਦਾ ਨਿਕਾਹ ਕਰਦੇ ਹੋ ਤੁਸੀਂ ਦਿਨਾਂ ਦਾ ਨਿਕਾਹ ਕਰਦੇ ਹੋ ਉੱਥੇ ਹੁੰਦਾ ਵੇ ਉਹਨੂੰ ਆਉਂਦੇ ਨੇ ਮੂਤਾ ਮੂਤਾ ਉਹ ਜਨਾਬ ਜਿੰਨੇ ਪੈਸੇ ਤੁਸੀਂ ਦਿਓਗੇ ਉਹਨੇ ਘੰਟਿਆਂ ਵਾਲਾ ਤੁਹਾਡਾ ਵਿਆਹ ਹੋ ਜਾਏਗਾ ਮਹੀਨੇ ਦਾ ਕਰਨਾ ਸਾਲ ਦਾ ਕਰਨਾ ਦਿਨਾਂ ਦਾ ਕਰਨਾ ਜਿੰਨੇ ਵੀ ਜੋ ਵੀ ਤੁਹਾਡੀ ਅੱਲਾ ਮਾਫੀ ਦੇ ਜੇ ਮਾਫੀ ਦੇ ਇੱਕ ਗੱਲ ਯਾਦ ਰੱਖਣਾ ਨਿਕਾਹ ਜਿਹੜਾ ਕੁਆਰੀ ਨਾਲ ਨਹੀਂ ਹੋਏਗਾ ਮੂਤਾ ਉਹ ਤਲਾਕ ਵਾਲੀ ਨਾਲ ਹੋਏਗਾ ਕੁਆਰੀ ਨਾਲ ਨਹੀਂ ਹੋਏਗਾ ਕੁਆਰੀ ਨਾਲ ਨਹੀਂ ਹੋਏਗਾ ਬਾਕੀ ਉਹ ਯਾਨੀ ਕਿ ਜਿਹੜੇ ਲੋਕ ਇੱਥੇ ਕਹਿੰਦੇ ਨੇ ਜੇ ਅਸੀਂ ਇਰਾਨ ਚੱਲੇ ਦੇ ਹਾਂ ਜਨਾਬ ਬਿਜ਼ਨਸਮੈਨ ਵੀ ਜਾਂਦੇ ਨੇ ਅਤੇ ਫਿਰ ਉਹ ਫਿਰ ਬਿਜ਼ਨਸ ਵੀ ਕਰਕੇ ਆਉਂਦੇ ਨੇ ਨਾਲ ਬਿਜ਼ਨਸ ਹੋਰ ਵੀ ਕਰਕੇ ਆਉਂਦੇ ਨੇ ਨਾ ਨਾ ਸਭ ਕੁਛ ਕਰਦੇ ਨੇ ਦੁਨੀਆਂ ਦਾ ਇਹਦਾ ਨਿਜ਼ਾਮ ਪੂਰਾ ਚੱਲਦਾ ਹੈ ਮਤਲਬ ਬਈ ਉਹ ਬਸ ਇਮਾਮ ਖੁਮੈਨੀ ਨੇ ਇੱਕ ਕਾਨੂੰਨ ਪਾਸ ਕਰਾਇਆ ਸੀ ਕਿ ਕੋਈ ਬੀਬੀ ਆਪਣੇ ਜਿਸਮ ਨੂੰ ਇਸ ਤਰ੍ਹਾਂ ਨਹੀਂ ਲੈ ਕੇ ਫਿਰੇਗੀ ਫਿਰ ਲੱਤਾਂ ਤੋਂ ਸਲਵਾਰ ਉੱਚੀ ਹੋਏ ਬੁਰਖਾ ਪਾਉਣਾ ਵੇ ਮੂੰਹ ਨੰਗਾ ਰੱਖਣਾ ਵੇ ਅੱਛਾ 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 ਉਹ ਫਿਰ ਖੁਮੈਨੀ ਦੀ ਕੁੜੀ ਜਿਹੜੀ ਹੈ ਉਹ ਹੀ ਇਸ ਤਰ੍ਹਾਂ ਪੈਂਟ ਪਾ ਕੇ ਨਾ ਲੱਤਾਂ ਅੱਧੀਆਂ ਨੰਗੀਆਂ ਅਤੇ ਉਹਨਾਂ ਨੇ ਉਹ ਬਾਹਰ ਨਿਕਲੀ ਅਤੇ ਲੋਕਾਂ ਨੇ ਆਖਿਆ ਤੂੰ ਚੰਗਾ ਇਨਕਲਾਬ ਆਉਂਦਾ ਤੇਰੀ ਕੁੜੀ ਨਹੀਂ ਬਲੀ ਰਹਿਣ ਲਈ ਅਤੇ ਉਹਨੇ ਜਿੱਥੇ ਖਲੋ ਕੇ ਖਿਤਾਬ ਕੀਤਾ ਸੀ ਨਾ ਇਨਕਲਾਬ ਦਾ ਹਾਂ ਇਨਕਲਾਬ ਲਿਆਂਦਾ ਸੀ ਅਤੇ ਉੱਥੇ ਖੜ ਕੇ ਉਹਨੇ ਫਿਰ ਆਪਣੀ ਕੁੜੀ ਨੂੰ ਸਰੇਆਮ ਕਤਲ ਕਰਵਾਇਆ ਸੀ ਟੋਟੇ ਕਰਾਏ ਸੀ ਅਤੇ ਉਹ ਕਾਨੂੰਨ ਅੱਜ ਜਿੱਦਾਂ ਵੀ ਕਾਇਮ ਰਹਿ ਨੇ ਔਰ ਇਰਾਨ ਦੇ ਵਿੱਚ ਜ਼ਿੰਦਗੀ ਬੜੀ ਅੱਛੀ ਹੈ ਲੇਕਿਨ ਇਰਾਨੀਆਂ ਦੀ ਸੋਚ ਬੜੀ ਨੈਗੇਟਿਵ ਜਿਹੀ ਹੈ ਯਾਨੀ ਕਿ ਉਹ ਇਹ ਗੱਲ ਹੈਗੀ ਹੈ ਕਿ ਤੁਸੀਂ ਜਿੱਦਾਂ ਬਾਹਰ ਫਰੈਂਡੇ ਦੇ ਸੱਜਣ ਵੀ ਆਇਆ ਨਾ ਬੈਠਾ ਤਾਂ ਵੇ ਗੱਲਬਾਤ ਕੋਈ ਨਹੀਂ ਹੋਣੀ ਉਹਨੇ ਘੰਟਾ ਵੀ ਬਹਿ ਕੇ ਤਾਂ ਟੁਰ ਜਾਣਾ ਅਤੇ ਗੱਲਬਾਤ ਜੇ ਤੁਸੀਂ ਸ਼ੁਰੂ ਕਰਨੀ ਤਾਂ ਉਹਨਾਂ ਕੁ ਜਵਾਬ ਮਿਲਣਾ ਸਫ਼ਰ ਦੇ ਦੌਰਾਨ ਜਿਹੜਾ ਬੰਦਾ ਚੁੱਪ ਕਰਕੇ ਸਫ਼ਰ ਕਰੇਗਾ ਉਸ ਮੁਕੰਮਲ ਸਫ਼ਰ ਜਿਹੜਾ ਆਪਣਾ ਸਾਰਾ ਅੰਜਾਮ ਪਾਲੇਗਾ ਅਤੇ ਜਿਹੜਾ ਬੱਸ ਦੇ ਵਿੱਚ ਬਹਿ ਕੇ ਸਫ਼ਰ ਦੇ ਦੌਰਾਨ ਗੱਲਾਂ ਕੀਤੀਆਂ ਇੱਕ ਵਾਰ ਉਹਨਾਂ ਚੁੱਪ ਕਰਾਉਣਾ ਦੂਸਰੀ ਵਾਰ ਕਰਾਉਣਾ ਤੀਸਰੀ ਵਾਰ ਜਿੱਥੇ ਵੀ ਹੈ ਉਹ ਤੁਹਾਨੂੰ ਉੱਥੇ ਹੀ ਲਾਉਣਾ ਕਿਤੇ ਗੱਲਾਂ ਕਰ ਲਿਆ ਹੋਊ ਅਤੇ ਆਪੇ ਫਿਰ ਤੈਨੂੰ ਉਹਨਾਂ ਕੋਲ ਗੱਡੀ ਹੋਰ ਚੁੱਕ ਲਿਆਏਗੀ ਯਾਨੀ ਕਿ ਐਡੇ ਕੁ ਨੇ ਉਹ ਕਿ ਮੂੰਹ ਉਹਨਾਂ ਫੁੱਟਣਾ ਨਹੀਂ ਹੈ ਮੂੰਹ ਬੋਲਣਾ ਨਹੀਂ ਉਹਨਾਂ ਬਸ ਉਹਨਾਂ ਨੇ ਕਹਿਣਾ ਇੱਕ ਵਾਰ ਕਹਿਣਾ ਤੁਸੀਂ ਫਿਰ ਗੱਲਾਂ ਕੀਤੀਆਂ ਨੇ ਫਿਰ ਉਹਨਾਂ ਕਹਿਣਾ ਚੁੱਪ ਤੀਸਰੀ ਵਾਰ ਉਹਨਾਂ ਕਹਿਣਾ ਥੱਲੇ ਲਓ ਨਾ ਗੱਲਾਂ ਕਰ ਲੈ ਰੱਜ ਕੇ ਅੱਛਾ ਐਡੇ ਅੱਛੇ ਆਦਮੀ ਨੇ ਉਹ ਮਾਸ਼ਾਅੱਲਾ ਮਜ਼ੇਦਾਰ ਤੁਹਾਡਾ ਸਫ਼ਰ ਰਿਹਾ ਤਾਂ ਮੇਰਾ ਆਉਂਦਾ ਕਿੰਨੀ ਦੇਰ ਹੈ ਉੱਥੇ ਜਨਾਬ ਰਹੇ ਹਾਂ ਕੋਈ 13 ਦਿਨ ਮਜ਼ੇ ਦੇ ਵੀ ਗੁਜ਼ਰੇ ਹਾਂ 13 ਦਿਨ ਅੱਛੇ ਲੋਕ ਨੇ ਉਹ ਵੀ ਜ਼ਾਇਦਾਨ ਤੋਂ ਸੋਰੀ ਤਹਿਰਾਨ ਤੋਂ ਅਸਤਰਾ ਬਾਰਡਰ 'ਤੇ ਗਏ ਹਨ ਅਤੇ ਉੱਥੋਂ ਜਨਾਬ ਜਾ ਕੇ ਫਿਰ ਵੀਜ਼ਾ ਆਨ ਅਰਾਈਵਲ ਉੱਥੇ ਜਾ ਕੇ ਵੀਜ਼ਾ ਲਵਾਇਆ ਵੀਜ਼ਾ ਲੱਗਾ ਉਹ ਅੱਛਾ ਮੁਲਾ ਗਿਆ ਹਾਂ ਬਹੁਤ ਅੱਛਾ ਵੇ ਲੇਕਿਨ ਮਹਿੰਗਾਈ ਬਹੁਤ ਜ਼ਿਆਦਾ ਉੱਥੇ ਮਹਿੰਗਾਈ ਜ਼ਿਆਦਾ ਪਾਕਿਸਤਾਨ ਦੇ ਲੋਕ ਰੋਂਦੇ ਨੇ ਇਮਰਾਨ ਖਾਨ ਨੇ ਮਹਿੰਗਾਈ ਕਰ ਛੱਡੀਏ ਅਤੇ ਜੇ ਇਸ ਕੌਮ ਨੂੰ ਅਜ਼ਰਬਾਈਜਾਨ ਭੇਜਦੀ ਹੈ ਇੱਕ ਪਾਸੇ ਇੰਨਾ ਵੇਖਣਾ ਵੇ ਮਾਹੌਲ ਬੜਾ ਸਹੀ ਹੈ ਸਾਫ਼ ਸੁਥਰਾ ਹੈ ਜਦੋਂ ਮਹਿੰਗਾਈ ਹੋਣੀ ਇਹਦਾ ਕਹਿਣਾ ਬਸ ਫਿਰ ਪਾਕਿਸਤਾਨ ਹੀ ਚੰਗਾ ਇੱਥੇ ਤੁਹਾਨੂੰ ਚਾਵਲਾਂ ਦੀ ਪਲੇਟ 60 ਰੁਪਈਆਂ 'ਚ ਮਿਲ ਜਾਂਦੀ ਹੈ ਪਾਕਿਸਤਾਨੀ
तो उत्थे तुहानू 1200-1300 दे चावलां दी प्लेट खानी पई ना, ओह वी रज नहीं हुंदा। ते तुसीं कहणा पाकिस्तान जिंदाबाद। शराब उत्थे आम है, उत्थे शराब दा कोई कानून नहीं, कोई पाबंदी नहीं है, शराब सरेआम है। अज़रबैजान इस्लामी मुल्क, लेकिन शराब की बंदिश कोई नहीं है। अहीं इत्थे रह के कहने कि जनाब पाकिस्तान असीं बड़े औखे हाँ। मैं ना मग उत्थे काम भी कोई नहीं। हाँ, तो महंगाई भी पाकिस्तान ना 100 गुना ज़्यादा हो। जिहड़े जांदे ने पाकिस्तानी उत्थे काम कोई नहीं करदे, दा ही लांदे ने यार गए नूं, तेनूं मैं PR लै दिंदा वा, तिन्ना देना जे लैणा उहनां कोलों कोई 500-600 मनात, ते तेनू मैं TR लै दिना वा, ते PR लै दिना। बस यह गल्लां जी लोकी फस जांदे ने, तेनू मैं इत्थों तुर्की दा वीज़ा लवा दिना, इत्थों सीधा ही तुर्की। आर्मीनिया वाले कदे भी नहीं जान देंदे, उन्हां दी जंग है असर भाई जान नाले तुर्की नाले। उस सेंटर च बसे नूं कदी भी नहीं एंट्री देंदे है, जो किवें जाणा ने। इयां ईरान नूं सीधा जा सकदे हो अगर तुहाडे कोल वीज़ा है, ते इस्तांबुल सीधी तेहरान शहर चों अंडरग्राउंड जाती है रेल, वो तेहरान तुहानू इस्तांबुल खड़ेगी। बाकी अज़रबैजान तो जाकर कोई और कितने भी नहीं जा सकते, तो वापस ही आना तो या बाय एयर ही जाना जी ते को वीज़ा आए थे। लेकिन लोग जड़े ने ना वीज़ा लवाने वाले ने लोगों लुटते ने जाकर सही लुट जनाब डाई इन्होंने धोखा फ्रॉड। साढ़े पिंड कई बेचारे उत्थे जाके तो 6-6 महीने तो साल रह के भुखे मरते, तो घर नठे ने एंड तो फटे जाते हैं, तो घर पे छड़े बड़ा हाल तो बौके दिहाड़े। तो ईरान जाओ फिर तुरन लई डेंकी मारनी है, तो घर मझा रख लो चार, तो गोया सुटो ध्यान ना। डेंकी नहीं मारनी चाहिए, डेंकी नहीं। डेंकी ईरानी जो कुटते ने कसाई कटे नहीं इन्ना कुटता जिन्ना वो डेंकी आए कुट छड़ते हैं। डेंकी के डोंकी कट देते हैं, डेंकी डोंकी चल के डेंकी डोंकी कट छे रानी बड़ा मार दिया रानी अपने लंबर लंबड़ साहब कहने के रानी इन्ना को मारते जो डेंकी ला के जाते हैं, चंगा फांडा कराते हैं। फिर आके घर आते हैं, और मज़ा बड़ा आया सफर का, पर असलीत नहीं दसते कहू पैर तो सरिए भी पे जड़िया पिछले लाल लाशा पड़िया हो नहीं किसी आंदे आंदा, तो यही भी चलो डेंकी लाओ और बदला लेंगे ने फिर अपना लोगों को। लो जी लंबड़ जी होना डेंगी लानी चाहिए। सब तो अहम गल है वे कि जिन्हें भी वीडियो वेखनी है बाद मैं कोई तनज ना करे, तो कोई ऐसी गल ना करे जिद मैं गुस्सा हो। सब तो पहली तो खीरली गल भी आई है एंड की है, तो अगर तुम सारी सुन के कोई ताे हासे निकलन, कोई सोच के जाओ कि डेंकी कि लानी है, डेंकी लानी है तो पैसे लाओ तो वीर जी मान ना जहाज से जाओ। अभी बड़ी देर का नजरिया बार बार रखे आई, लेकिन अभी वेख लिया दुनिया फेर के तो जाना है तो जहाज से जाओ, नहीं तो घर रहो मझा रखो तो गोया सुटो, तो दुध बेचो पैसे घर नाले दुध पियो नाले तुहानू जनाब इज्जत बख्शी जाती है इस चीज़। माशाला जी साढ़े कपूरा की शान ने वसीम लंबड़ साहब लंबड़दार साहब होरी तो इन्हें बड़ी अच्छी गल की कि डेंकी नहीं लानी है, तो दूसरा रान जाने के फ्रंट रून जाओ तो रुपया 20,000 लाई जाओ तो करोड़ों रुपये तुम्हें लगभग तो पंडा मगर बनोगे तुम, तो जो चाह भी पीनी है तो वह भी सामभली जगह नहीं लगनी है। तो करंसी चेंज तफ्तान बार्डर तो करानी है, रान चू जाकर घट लगती है वो फिर घट देंगे ने, क्योंकि सियाने ने उत्थे दी वाम सियानी हैगी है, उत्थे जो ऑनलाइन रेट होंगे वो मुताबक देंगे ने। तो सानू अज ली इजाजत, इंशाला दोबारा फिर लंबड़दार साहब होर गलबात करांगे, दोबारा इंटरव्यू इंशाला लवांगे जनाब। अल्लाह हाफिज़ जी। दोबारा तो भाई जनाब एक गल इतने याद रखना, जो तुम कोई कटिंग करानी है या शेव करानी है तो नाई में जाकर 2-3 बार कहना वे कि तुम फारसी तो आती नहीं है, तुम्हें कहना है कि दाढ़ी मुननी है, उन्होंने जो कही ना शेव करनी तो सिर मुनना शुरू कर चले, मेरे ना भी बात हो मैं दाढ़ी मना गया मैं सिर मुन के कल चलिया टेंट काड़ी। हाँ मैं की कहते तू आखे ही जाके तुम्हें गल करनी है तो उत्थे कहना इस तरह इशारा करना है, तो जे शेव नू आखना टेंट दाढ़ी कर देने।